अस्सलाम वालेकुम, मैं हाँ नासिर अब्बास, तुम वेंदे पे हो डेली व्लॉग 07। क्या हाल दोस्तों, उम्मीद करेंगे तुम बिल्कुल खैरियत नाल हो। हाँ जी दोस्तों, आज जनाब तो बड़ा मजा आई है प्रैंक विखाण वाले आ लोफर लिफंगे छूर बैठे ने उन्हें देर जाने तो अज तुम एक नवा प्रैंक विखाइने तो बड़ा मजा आ चल अहमद चल तू उन्हें देर अस तेन ढूंढते ढूंढते मगे रमसा है तो तू आखे मैं इन्हों रल ठीक जा मजेदार बना चढ़ाई कर जाऊं चढ़ाई मैं ना आज अपन डांगो डांग कर दे टेंशन हां सही तू टेंशन ना लो। अस्सलाम वालेकुम। वालेकुम सलाम, की हाल है? ठीक हो? ठीक ठाक है यार। ये दसो भाई ਤੁਹਾਡਾ ਕੋਈ ਤੁਕ ਬਣਦਾ ਹੈ ਭਾਈ? ਹੋਇਆ ਕੀ ਹੈ? ਆ ਸਾਡਾ ਵਿਰਾ ਅਹਿਮਦ ਸਾਰਾ ਦਿਨ ਤੁਹਾਡੇ ਨਾਲ ਲਟਿਆਈਆਂ ਕਰੇਂਦਾ, ਸਵੇਰ ਦਾ ਨਿਕਲਿਆ ਸੀ ਡੂੜ ਡੂੜ ਕੇ ਆਇਆ, ਸਾਨੂੰ ਕਿਹਾ ਨਹੀਂ ਲੱਭਿਆ ਤੇ ਇਹ ਤੁਹਾਡੇ ਨਾਲ ਇਹਨੂੰ ਤੁਸੀਂ ਵੰਜਾਈ ਖਲਿਓ ਨਾ ਕਿਸੇ ਕੰਮ ਦਾ ਛੱਡਿਆ ਨੇ ਨਾ ਉਹਨੂੰ ਸਕੂਲ ਪੜਾਣ ਦਿੰਦੇ ਕੋਈ ਗੱਲ ਕਰਨ ਵਾਲੀ ਹੈ। ਖੈਰ ਇਹ ਹੋਸਟਲ ਤੋਂ ਖੈਰ ਭਾਈ ਜੀ ਸੁਬਾ ਨਾਲ ਨੂੰ ਦਿਆਖ ਤੱਤਾ ਹੁੰਦਾ ਖਲੋਤਾ ਹੈ ਇਹਨੂੰ ਅਸਰ ਲਾਇਆ। ਹਾਂ ਤੋ ਸਰ ਲਾਇਆ ਇਹ ਤੁਹਾਡੇ ਨਾਲ ਵਧਾ ਰਿਹਾ ਇਹ ਤੁਹਾਡੇ ਨਾਲ ਭਾਈ ਤੁਹਾਡੇ ਨਾਲ ਵਧਾ ਰਿਹਾ ਸਰ ਇਹਨੇ ਮਤ ਵਧਾ ਰਿਹਾ ਮਤ ਕਹੀਂ ਦੇ ਨਾਲ ਵਧਾ ਰਿਹਾ ਦਾਸ ਕਾ ਸਿੱਧੀ ਦਾ ਕੀ ਬੋਲਣਾ ਇਹਨਾਂ ਦੇ ਨਾਲ ਵਧਾ ਰਿਹਾ ਇਹਨਾਂ ਦੇ ਨਾਲ ਵਧਾ ਰਿਹਾ ਬਸ ਤੂੰ ਪਾਗਲ ਲੱਗ ਕੇ ਜਾਣ ਕੇ ਕਰਨ ਦਾ ਤੂੰ ਇਹਨਾਂ ਦੇ ਨਾਲ ਵਧਾ ਰਿਹਾ ਇੱਥੇ ਹੁਣ ਆਇਆ ਤੂੰ ਮਤ अहमद ये कहते साडे नाल नहीं असि तेनू सारे पासे अड्डे ते भी वेख्या स्कूल आसे पासे तेरे सारे दोस्तों को गए हैं तू कोई ना साडे कोल पहले कौन आई वेदा ठीक है ना ए है साडे कोल हुण आके बैठा है ठीक है ना बारे हूं साढ़े अल्लाह ने किसी बड़े बड़े गाड़ी खड़े तो किसी के बच्चे क्यों तुसा खराब करें दियो तो नानो पुठे कम्मा ते क्यों लेन दियो ओ जो पढ़दा तो क्यों नहीं पढ़न देन दियो तुसी असे दे रुका गले आई पे तू साढ़े कोल आ बाओ ते रुका गले ने तो आया बैठा ओ आया वसे भी आई साडा आके बह गया हुन चेक कढ़ी आ नहीं तोड़ा हक बनता है बेली है यार साड़ा नहीं तोड़ा बेली है यार ते तू वड्डा सारा यार वेख आप दा काद बोत वेख आप दी मोच वेख यार उनु तो तुसी समझावना पे अपने कम्मा नु तुसी बिरावे तो साडे बाल तुसी खराब कीती खले हो यार आया भी बंदा आया वदा है आ साडे कोल आया है आया खलोता है आए वदा है ਇਨਾਨੂ ਤਾਂ ਸਾ ਕੋਨੇ ਮੰਜਾਈ ਖਲੋਤੇ ਇਨਾਂਦਾ ਦਾ ਮਾਂ ਪੇ ਤੁਹਾਡਾ ਬਿਨਾ ਗਣੋ ਖੜਾ ਹੈ ਤੁਹਾਡਾ ਗਰੁੱਪ ਪੇ ਤੁਸੀਂ ਵੇ ਸਦਾ ਰਹੋ ਸਾਨੂੰ ਕੋਈ ਤਰ੍ਹਾਂ ਨਹੀਂ ਸਾਡਾ ਬਾਲ ਕਿਉਂ ਮੰਜਾਈ ਖਲਿਓ ਓ ਭਾਈ ਤੁਹਾਡੇ ਬਾਲ ਨੂੰ ਅਸਾਂ ਨਹੀਂ ਮੰਜਾਇਆ ਜ਼ਿਆਦਾ ਤੂੰ ਔਖਾ ਨਾ ਹੋ ਤਾਪ ਨਾ ਸਾਡੇ ਨਾਲ ਠੀਕ ਹੈ ਨਾ ਯਾਰ ਤੱਪਾ ਨਹੀਂ ਕਿਹੜੀ ਗੱਲ ਹੈ ਇੱਕ ਸਾਡੇ ਬਾਲ ਓ ਯਾਰ ਖੈਰ ਹੈ ਤੂੰ ਖੈਰ ਹੈ ਅਹਿਮਦ ਤੂੰ ਆ ਨਾ ਬੇ ਮੈਂ ਇਨਾਂ ਦੇ ਕੋਲ ਆ ਇਹ ਆਂਦੇ ਨੇ ਸਾਡੇ ਕੋਲ ਕੋਈ ਨਹੀਂ वड़े वड़े हैं पे भी कुछ छोटे काज नहीं लेकिन तू ये दास भाई तू हूं की दे नहीं मैं तो इनां दे कोला के बैठा अरे आंदा मैं इनां दे कोला साडे को हुण आ बैठा यार यार मेरी गल सुना तुसी साडे बिरां दे भी गाड़ी खली यार ये साडे को हुण आ बैठा असि सुबह तो लाके शाम हो गए असि भाई बाल के साडा बिरां तुहाडे को ਇਥੇ ਦੂਸਰਾ ਬਰਾਮਾ ਇਹ ਬਿਰਾ ਕੋਲ ਤੁਸੀਂ ਗੱਲ ਪੁੱਛੋ ਬਈ ਸਾਡਾ ਆਂਦਾ ਉਹ ਬਿਰਾ ਸਾਡਾ ਆਂਦਾ ਮੈਂ ਤੁਹਾਡੇ ਕੋਲ ਆ ਤੁਸੀਂ ਆਂਦੇ ਸੀ ਹੁਣ ਵੇਂਦੇ ਪਏ ਆ ਜਦੋਂ ਤੁਹਾਡੇ ਬੈਠਾ ਸਾਡੇ ਕੋਲ ਅਸਾਂ ਹੀ ਮੰਨੇ ਨੇ ਆ ਬਈ ਸਾਡੇ ਕੋਲ ਬੈਠਾ ਹੈ ਲੇਕਿਨ ਬਿਰਾ ਕੋਲ ਤੁਸੀਂ ਆਂਦੇ ਬਈ ਸਵੇਰ ਤੋਂ ਤੱਕ ਕੇ ਸ਼ਾਮ ਤੱਕ ਅਸਾਂ ਡੂਟਿਆ ਤੇ ਸਾਡੇ ਕੋਲ ਹਲੇ ਇਹਨੂੰ ਤਕਰੀਬਨ 5 ਮਿੰਟ ਹੋਣਾ ਆ ਕੇ ਬੈਠੇ ਆ ਤੇ ਬਾਕੀ ਸਾਰੇ ਦਿਹਾੜੇ ਕਿੱਥੇ ਜਾਣਦੇ ਆ 5 ਮਿੰਟ ਤੇ ਬਾਕੀ ਅੱਖੀ ਨਾਲ ਵੇਖਦੇ ਅੱਖੀ ਨਾਲ ਵੇਖਦੇ ਆ ਬਿਰਾ ਨੂੰ ਓਏ ਇੱਕ ਤਾਂ ਸਾਡੇ ਬਿਰਾ ਨੂੰ ਖੜਦਾ ਸਾਡੇ ਬਿਰਾ ਨੂੰ ਇਹ ਗਾੜੀ ਦੇ ਬਿਰਾ ਭਾਈ ਆ ਦੱਸ ਯਾਰ ਰੋਕ ਯਾਰ ਕਿੱਥੇ ਜਾਂਦੇ ਨੇ ਕਿੱਥੇ ਜਾਂਦੇ ਨੇ ਭਾਈ ਇਹਦਾ ਡੱਕੀ ਕਿੱਥੇ ਜਾਂਦੇ ਨੇ ਮੈਂ ਨਾ ਰੋਕੀ ਗਲਤ ਕਿੱਥੇ ਜਾਂਦੇ ਨੇ ਰੋਕ 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 ਉਹਨਾਂ ਦੇ ਕੋਲ ਪੋਸਟ ਤੇ ਸਹੀ ਪੋਸਟ ਪਹਿਲੇ ਯਾਰ ਗੱਲ ਸੁਣ ਲੈ ਗੱਲ ਸੁਣ ਲੈ ਕਰਨ ਲੋਣ ਨਾ ਗੱਲ ਲੈ ਅਸੀਂ ਤੁਹਾਡੇ ਨਾਲ ਲੜਨ ਨਹੀਂ ਆਏ ਅਸੀਂ ਤੁਹਾਡੇ ਨਾਲ ਗੱਲ ਕਰਦੇ ਪਿਆ ਤੁਸੀਂ ਸਾਡੇ ਨਾਲ ਤਮੀਜ਼ ਨਾਲ ਗੱਲ ਕਰੋ ਸਾਡੇ ਵਿਰਾਹ ਖਰਾਬ ਕੀਤੀ ਖੋ ਤੂੰ ਬਦਤਮੀਜ਼ੀ ਸ਼ੁਰੂ ਕੀਤੀ ਬਦਤਮੀਜ਼ੀ ਦੀ ਗੱਲ ਨਹੀਂ ਹੈ ਤੁਸੀਂ ਪਹਿਲੇ ਸਾਡੇ ਕੋਲ ਆਏ ਹੋ ਹਾਂ ਸਾਡੇ ਨਾਲ ਦੁਆ ਸਲਾਮ ਕੀਤੀ ਹੌਸਲੇ ਦਾ ਪੁੱਛਿਆ ਤੁਹਾਨੂੰ ਦੱਸਿਆ ਮੋੜਾ ਤੇਰਾ ਵਿਰਾਹ ਖੋਂਦਾ ਖਲੋਤਾ ਮੇਰੇ ਵਿਰਾਹ ਨਹੀਂ ਖਲੋਤੇ ਉਹਨਾਂ ਕਿਸੇ ਗੱਲ ਕੀਤੀ ਹੈ ਉਹ ਤੁਸੀਂ ਹਿੱਕਾ ਗਏ ਕਰਨ ਲਈ ਖਲਿਓ ਮੰਨੇਨੇ ਆ ਲੇਕਿਨ ਗੱਲ ਇਹ ਵੀ ਤੁਸੀਂ ਕਿਸੇ ਦੇ ਬਾਲ ਕਿਉਂ ਖਰਾਬ ਕਰਦੇ ਅਸਾਂ ਕਿਸੇ ਦਾ ਬਾਲ ਕੋਈ ਨਹੀਂ ਖਰਾਬ ਨਾ ਤੇ ਵੀ ਕੋਈ ਨਹੀਂ ਆ ਗੁੰਗਾ ਦੇ ਮੂੰਹ ਕੀ ਟੇਪ ਲੱਗੀ ਯਾਰ ਮੈਂ ਤੁਹਾਡੇ ਕੋਲ ਆ ਕੇ ਬੈਠਾ ਮੈਂ ਲਿਆ ਲਿਆ ਕਿਸ ਟਾਈਮ ਆ ਬੈਠਾ ਇਸ ਟਾਈਮ ਕੋਈ ਟਾਈਮ ਹੋ ਸਾਰੇ ਘੰਟੇ ਨੇ ਨਾ ਮੈਂ ਬੈਠਾ ਸਾਰੇ ਘੰਟੇ ਨੇ ਗੁਜ਼ਾਰੇ ਤੁਹਾਡੇ ਕੋਲ ਬਸ ਉਹ ਆਂਦਾ ਸਾਰੀ ਦੀਵਾਰ ਤੇ ਛੱਡ ਲੋ ਖਿੰਦਾ ਨਾ ਬੇਲੀਆਂ ਨੂੰ ਜਿਹੜਾ ਗੱਲਾਂ ਤੇ ਨਾ ਨੂੰ ਕੱਪ ਕੋਲ ਕੋਈ ਨਹੀਂ ਬਾਵਾਂ
ਅਸੀਂ ਕੀਤਾ ਤੁਹਾਡੇ ਨਾਲ ਪ੍ਰੈਂਕ ਤੇ ਮਹਿਸੂਸ ਨਹੀਂ ਕਰਨਾ ਤੇ ਕੈਮਰਾ ਲੱਗੋ ਹੱਥ ਲਾ